ਇਹਨਾਂ ਤਿੰਨ ਲਾਈਨਾਂ ਚੱਲਣੀਆਂ ਸਿਰਫ ਪਰਲੀ ਲਾਈਨ ਬੰਦ ਕੀਤੀ ਇਹਨਾਂ ਨੇ, ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ, ਪਾਰ ਵੀ ਲੰਘੀ ਆ, ਤੇ ਮੈਂ ਜਾਮ ਲੱਗਾ, ਵਾਪਸ ਮੁੜ ਕਹਿਣਾ ਇਧਰੋਂ ਗੱਡੀ ਲੰਘਣ ਦੇ, ਇਹਨੇ ਕਿਹਾ ਮੈਂ ਲੰਘਣ ਨੀ ਦੇਣੀ ਗੱਡੀ, ਅੱਗੇ ਪੱਥਰ ਸੁੱਟ ਤੇ ਇਹਨਾਂ ਬਦਮਾਸ਼ੀ ਕੀਤੀ ਆ। ਮੈਂ ਤੁਹਾਡੀ ਗੱਲ ਸਮਝਦਾ ਸਰ, ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸ ਅੜਾਈ ਆ, ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਵੀ ਕੱਢ ਸਕਦੇ ਜੇ, ਦੂਜੀ ਲਾਈਨ ਸਾਰੀ ਬੰਦ ਪਈ ਆ, ਬੰਦ ਹੀ ਸਰ, ਬੱਸ ਭਰੀ ਸਵਾਰੀਆਂ ਨਾ, ਸਾਰੇ ਜਾਮ ਲੱਗਾ, ਇੱਕ ਤਿੰਨ ਲਾਈਨ ਚ ਪਰਲੀ ਲਾਈਨ ਇਹਨਾਂ ਬੰਦ ਕੀਤੀ, ਹਰ ਵਾਰੀ ਪਰਲੀ ਲਾਈਨ ਬੰਦ ਰਹਿੰਦੀ ਆ। ਮੈਂ ਤੁਹਾਡੀ ਗੱਲ ਸਾਨੂੰ ਜਾਂ ਇੱਕ ਲਾਈਨ ਦੇ ਦੇਣ ਤੇ ਜਾਂ ਹੀ ਕਹੀ ਤੋ ਗੱਡੀ ਨਿਭਾਉਂਦੇ, ਗੱਡੀ ਵਾਪਸ ਘੁਮਾ ਕੇ ਲਿਆਉਣੀ ਆ, ਦੇਖੋ ਕੋਈ ਨਾ ਪੱਥਰ ਸੁੱਟ ਤੇ ਬਦਮਾਸ਼ੀ ਕਰਨ ਡੇ ਬਸ। ਠੀਕ ਹੈ ਜੀ, ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ, ਉਹਨਾਂ ਦੀ ਵੀ ਸਹਿਮਤੀ ਲਵਾਂਗੇ, ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਇਹ ਬੱਸ ਇੱਥੋਂ ਲਾਈ ਹੈ, ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ, ਪਿੱਛੇ ਜਾਮ ਲੱਗ ਗਿਆ ਸਰ। ਮੈਂ ਤੁਹਾਡੀ ਗੱਲ ਮੰਨਦਾ, ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ, ਠੀਕ ਹੈ, ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੰਘ ਕੇ ਗਈ, ਮੈਂ ਸਭ ਕੁਝ ਆਪਣੀ ਅੱਖੀ ਵੇਖਿਆ। ਤੁਸੀਂ ਮੈਂ ਇਹ ਰਿਕੁਐਸਟ ਕਰਦਾ, ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖੱਜਲ ਖਰਾਬ ਨਾ ਹੋਣ। ਹਾਂਜੀ, ਪਤਾ ਕੀ ਗੱਲ ਆ, ਹਾਂਜੀ, ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ, ਹਾਂ, ਇੱਕ ਦਿਨ ਦਾ ਕੰਮ ਨਹੀਂ ਆ, ਹਾਂ, ਇਹ ਉਧਰੋਂ ਆ ਜਾਈਏ, ਹਾਂ, ਉਧਰੋਂ ਤਿੰਨ ਲਾਈਨਾਂ ਚਾਲੂ ਹੁੰਦੀਆਂ ਨੇ, ਇੱਕ ਲਾਈਨ ਬੰਦ ਹੁੰਦੀ ਆ, ਹਾਂ, ਇਧਰੋਂ ਇਧਰੋਂ ਤਿੰਨ ਲਾਈਨਾਂ ਚਾਲੂ ਨੇ, ਜਦੋਂ ਆਏ ਆ ਅਸੀਂ ਅੰਦਰ ਬੈਠੇ ਕਿੱਥੇ ਬੈਠੇ ਆ, ਸਾਹਮਣੇ ਬਹੁਤ ਖਲੋਤਾ ਮੁੰਡਾ ਕਾਲੇ ਪਰਨੇ ਵਾਲਾ, ਕਿੰਨੇ ਪੱਥਰ ਸੁੱਟੇ ਆ। ਐਸਆਈ ਪ੍ਰਭਜੀਤ ਸਿੰਘ, ਹਾਈਵੇ ਤੇ ਮੇਰੀ ਡਿਊਟੀ ਆ, ਤੇ ਇੱਥੇ ਕੋਈ ਟੋਲ ਪਲਾਜ਼ਾ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਦਾ ਵਿਵਾਦ ਹੋ ਗਿਆ ਸੀ, ਮਾਨਾ ਵਾਲਿਆ ਟੂਲ ਇਹਨਾਂ ਟੂਲ ਵਾਲਿਆਂ ਦਾ, ਅਤੇ ਉਹ ਪੈਸੇ ਨਹੀਂ ਕਰਾ ਰਹੇ ਬੱਸ ਵਾਲੇ, 120 ਰੁਪਏ ਦਾ ਮੈਟਰ ਸੀ, ਉਹਨੂੰ 120 ਰੁਪਏ ਦਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਅਤੇ ਆਵਾਜਾਈ ਜਿਹੜੀ ਚਾਲੂ ਠੀਕ ਕਰਾਤੀ ਹੈ। ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ, ਬਸ 5-7 ਮਿੰਟ 'ਚ ਮੈਟਰ ਸੋਲਵ ਕਰਦਾ, ਹੁਣ ਸੋਲਵ ਹੋ ਗਿਆ ਤਾਂ ਆਵਾਜਾਈ ਚੱਲ ਪਈ ਆ ਠੀਕ ਦਰੁਸਤ ਹੋ ਗਿਆ। ਉਹ ਆਸ ਵੇਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਵੀ ਮੈਂ ਆ ਕੇ ਠੀਕ ਕਰਾਂ, ਤਾਂ ਮੈਨੂੰ ਕਾਲ ਆਈ ਸੀ, ਕੰਟਰੋਲ ਤੋਂ ਕਾਲ ਆਈ ਸੀ, ਕਾਲ ਆਉਣ 'ਤੇ ਮੈਂ ਜਸਟ 5 ਮਿੰਟ 'ਤੇ ਪਹੁੰਚ ਗਿਆ ਜੀ, ਅਤੇ ਆ ਕੇ ਮਸਲਾ ਸੋਲਵ ਕਰਤਾ ਅਤੇ ਆਵਾਜਾਈ ਟ੍ਰੈਫਿਕ ਓਕੇ ਠੀਕ।